ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਅੱਜ ਅਸੀਂ ਪਿੰਡ ਉੱਪਲ ਦੇ ਵਿੱਚ ਹਾਂ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ, ਅਤੇ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਮਨਿੰਦਰ ਸਿੰਘ ਜੀ, ਜੋ ਕਿ ਬਹਿਰੀਨ ਤੋਂ ਨੇ, ਜਿਨ੍ਹਾਂ ਨੇ ਅੱਜ ਦਾ ਇਹ ਕੈਂਪੇਨ ਜਿਹੜਾ ਉਹ ਸਪੋਂਸਰ ਕੀਤਾ। ਅਤੇ ਸਾਰਿਆਂ ਨੂੰ ਹੀ ਪਤਾ ਕਿ ਅਸੀਂ 50,000 ਸ਼ੂਜ਼ ਦੀ ਜਿਹੜੀ ਮੁਹਿੰਮ ਆ ਉਹ ਪੰਜਾਬ ਦੇ ਵਿੱਚ ਅਸੀਂ ਚਲਾ ਰਹੇ ਹਾਂ। ਅਤੇ ਇਸੇ ਲੜੀ ਦੌਰਾਨ ਅਸੀਂ ਅੱਜ ਪਿੰਡ ਉੱਪਲ ਦੇ ਵਿੱਚ ਹਾਂ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਸੋ ਬਹੁਤ ਸਾਰੀਆਂ ਅੱਜ ਗੱਲਾਂ ਕਰਾਂਗੇ, ਤੁਹਾਨੂੰ ਵੱਖ ਵੱਖ ਬੱਚਿਆਂ ਨਾਲ ਮਿਲਾਵਾਂਗੇ ਕਿ ਕਿਵੇਂ ਬੱਚੇ ਜਿਹੜੇ ਆ ਅੱਜ ਵੀ ਜਿਹੜੇ ਆ ਉਹ ਨੰਗੇ ਪੈਰੀ ਸਕੂਲ ਆਉਂਦੇ ਨੇ। ਅਤੇ ਸਾਨੂੰ ਸ਼ਾਇਦ ਆਪਣੇ ਘਰਾਂ ਵਿੱਚ ਬੈਠ ਕੇ ਇਸ ਚੀਜ਼ ਦਾ ਅੰਦਾਜ਼ਾ ਨਹੀਂ ਆ ਕਿ ਬੱਚੇ ਜਿਹੜੇ ਸਕੂਲ ਆ ਉਹ ਨੰਗੇ ਪੈਰੀ ਜਾ ਰਹੇ ਨੇ। ਅਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਆਪਣੇ ਮੰਮੀ ਪਾਪਾ ਦੇ ਚੱਪਲਾਂ ਪਾ ਕੇ ਸਕੂਲ ਆ ਰਹੇ ਨੇ, ਅਤੇ ਉਹਨਾਂ ਨੂੰ ਸ਼ੂਜ਼ ਦੀ ਜਿਹੜੀ ਜ਼ਰੂਰਤ ਆ। ਅਤੇ ਕਿੰਨੇ ਬੱਚੇ ਨੇ ਜਿਹੜੇ ਕਿ ਸਕੂਲ ਦੇ ਵਿੱਚ ਕਿਤਾਬਾਂ ਹੀ ਨਹੀਂ ਲੈ ਕੇ ਆਉਂਦੇ ਕਿਉਂਕਿ ਉਹਨਾਂ ਕੋਲ ਕੋਈ ਬੈਗ ਨਹੀਂ ਆ, ਉਹਨਾਂ ਕੋਲ ਕੋਈ ਐਸੀ ਮਤਲਬ ਕਿ ਚੀਜ਼ ਨਹੀਂ ਹੈ ਕਿ ਜਿਹਦੇ ਵਿੱਚ ਉਹ ਆਪਣੀਆਂ ਕਿਤਾਬਾਂ ਹੀ ਪਾ ਕੇ ਜਿਹੜੀਆਂ ਸਕੂਲ ਲੈ ਆਉਣ। ਸੋ ਬੜੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਨੇ। ਅਤੇ ਮੈਂ ਅੱਜ ਇਹ ਵੀ ਗੱਲ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿੱਥੇ ਯੂਨੀਫਾਰਮ ਮਿਲ ਵੀ ਚੁੱਕੀ ਆ, ਇਸ ਸਕੂਲ ਦੇ ਵਿੱਚ ਹਜੇ ਪਿਛਲੇ ਆਲਮੋਸਟ 1.5 ਸਾਲ ਤੋਂ ਮੈਨੂੰ ਲੱਗਦਾ ਕਿ ਯੂਨੀਫਾਰਮ ਨਹੀਂ ਆਈ ਸਕੂਲ ਦੇ ਵਿੱਚ, ਪਰ ਬਹੁਤ ਸਾਰੇ ਸਕੂਲ ਆ ਜਿਨ੍ਹਾਂ ਦੇ ਵਿੱਚ ਯੂਨੀਫਾਰਮ ਮਿਲ ਚੁੱਕੀ ਆ। ਦੱਸਣਾ ਚਾਹੁੰਦੀ ਕਿ ਯੂਨੀਫਾਰਮ ਦਾ ਜਿਹੜਾ ਸਾਈਜ਼ ਆ ਉਹ ਸ਼ਾਇਦ ਪਿਛਲੇ ਸਾਲ ਵਾਲਾ ਹੈ, ਅਤੇ ਬੱਚਾ ਹਰ ਜਿਹੜਾ ਬੱਚਾ ਵਾ ਉਹ ਵੱਡਾ ਹੋ ਚੁੱਕਿਆ ਹੈ, ਉਹਦੀ ਜਿਹੜੀ ਆ ਹਾਈਟ ਵੱਧ ਚੁੱਕੀ ਆ, ਜਾਂ ਕੋਈ ਨਾ ਕੋਈ ਉਹਦੇ ਮੈਜ਼ਰਮੈਂਟਸ 'ਚ ਚੇਂਜਿਸ ਹੋ ਚੁੱਕੇ ਆ, ਅਤੇ ਬੱਚਿਆਂ ਨੂੰ ਜਿਹੜੀ ਆ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ, ਜਾਂ ਤਾਂ ਉਹਨਾਂ ਦੀ ਯੂਨੀਫਾਰਮ ਬਹੁਤ ਜ਼ਿਆਦਾ ਟਾਈਟ ਆ, ਅਤੇ ਜਾਂ ਉਹਨਾਂ ਦੀ ਯੂਨੀਫਾਰਮ ਜਿਹੜੀ ਆ ਬੜੀ ਜ਼ਿਆਦਾ ਖੁੱਲ੍ਹੀ ਆ। ਸੋ ਯੂਨੀਫਾਰਮ ਜਿਹੜਾ ਭੇਜਣ ਦਾ ਮੈਨੂੰ ਨਹੀਂ ਪਤਾ ਕਿ ਉਹਦਾ ਕੀ ਫਾਇਦਾ ਹੋਇਆ, ਅਤੇ ਮੈਨੂੰ ਲੱਗਦਾ ਕਿ ਹਾਰਡਲੀ 30-40% ਹੀ ਬੱਚੇ ਹੋਣਗੇ ਜਿਨ੍ਹਾਂ ਨੂੰ ਯੂਨੀਫਾਰਮ ਦਾ ਸ਼ਾਇਦ ਫਾਇਦਾ ਹੋਇਆ ਹੋਏਗਾ, ਕਿਉਂਕਿ ਮੈਂ ਆਪਣੀ ਅੱਖੀ ਮੇਰੀ ਕੋਸ਼ਿਸ਼ ਹੈ ਕਿ ਮੈਂ ਕਵਰ ਕਰਾਂ ਇਹ ਵਾਲੇ ਬੱਚੇ ਵੀ ਕਿ ਜਿਨ੍ਹਾਂ ਨੂੰ ਇੱਕ ਇੱਕ ਗਿੱਠ ਛੋਟੀ ਪੈਂਟ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਆ ਕਿ ਉਹ ਪਾ ਕੇ ਆਉਣ, ਜਿਹੜੀ ਕਿ ਬਿਲਕੁਲ ਫਸਵੇਂ ਕੱਪੜੇ ਉਹਨਾਂ ਨੂੰ ਯੂਨੀਫਾਰਮ 'ਚ ਮਿਲੇ ਨੇ, ਜਿਹੜੇ ਕਿ ਉਹਨਾਂ ਦੇ ਕਿਸੇ ਕੰਮ ਦੇ ਨਹੀਂ ਆ, ਅਤੇ ਸਿਰਫ ਇੱਕ ਫਾਰਮੈਲਿਟੀ ਹੋ ਗਈ ਆ ਯੂਨੀਫਾਰਮ ਦੇ ਲਈ ਵੀ, ਕਿ ਜਿਹੜੀ ਸਰਕਾਰ ਨੇ ਮੈਨੂੰ ਲੱਗਦਾ ਕਿ ਪੂਰਾ ਸਾਲ ਪਿਛਲੀ ਦਿੱਤੀ ਨਹੀਂ, ਅਤੇ ਅਗਲੇ ਸਾਲ ਜਿਹੜੀ ਆ ਉਹ ਜਦੋਂ ਦੇਣੀ ਵੀ ਸ਼ੁਰੂ ਕੀਤੀ ਅਤੇ ਉਹ ਪਿਛਲੇ ਜਿਹੜੇ 1.5 ਸਾਲ ਪਹਿਲਾਂ ਤੁਸੀਂ ਬੱਚਿਆਂ ਦਾ ਸਾਈਜ਼ ਲਿੱਤਾ ਹੈ ਉਸ ਸਾਈਜ਼ ਦੀਆਂ ਯੂਨੀਫਾਰਮ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਜਿਹਦਾ ਕਿ ਉਹਨਾਂ ਨੂੰ ਕੋਈ ਫਾਇਦਾ ਨਹੀਂ। ਸੋ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਅਤੇ ਸਾਰਿਆਂ ਨੂੰ ਵੈਂਡਰਸ ਨੂੰ ਇਹ ਚਾਹੀਦਾ ਕਿ ਤੁਸੀਂ ਆਪਣੀ ਜਿਹੜੀ ਗੱਡੀ ਆ ਸਕੂਲ ਦੇ ਵਿੱਚ ਭੇਜੋ, ਜਿਵੇਂ ਕਿ ਅਸੀਂ ਸ਼ੂਜ਼ ਵੀ ਲੈ ਕੇ ਆਉਂਦੇ ਹਾਂ ਸਕੂਲ ਦੇ ਵਿੱਚ, ਅਤੇ ਅਸੀਂ ਐਟਲੀਸਟ 30-40% ਵੱਧ ਸਟੋਕ ਲੈ ਕੇ ਆਈਦਾ ਕਿ ਕਿਸੇ ਬੱਚੇ ਦਾ ਸਾਈਜ਼ ਜਿਹੜਾ ਵਾ ਉਹ ਰਹਿ ਨਾ ਜਾਵੇ, ਹਰ ਸਾਈਜ਼ 'ਚ ਐਕਸਟਰਾ ਜਿਹੜੇ ਆ ਉਹ ਸ਼ੂਜ਼ ਲੈ ਕੇ ਅਸੀਂ ਆਉਂਦੇ ਹਾਂ। ਸੋ ਇਸੇ ਤਰ੍ਹਾਂ ਯੂਨੀਫਾਰਮ ਜਦੋਂ ਤੁਸੀਂ ਬੱਚੇ ਨੂੰ ਦਿੰਦੇ ਜੇ ਔਨ ਦਾ ਸਪੋਟ ਬੱਚੇ ਨੂੰ ਜਿਹੜਾ ਜਾਂ ਸਕੂਲ 'ਚ ਵੱਧ ਸਟੋਕ ਭੇਜੋ, ਆਪਣੇ ਵੈਂਡਰ ਨੂੰ ਕਹੋ ਅਤੇ ਔਨ ਦਾ ਸਪੋਟ ਬੱਚਿਆਂ ਦਾ ਸਾਈਜ਼ ਚੈੱਕ ਕਰਕੇ ਅਤੇ ਉਹਨਾਂ ਨੂੰ ਕਰੈਕਟ ਯੂਨੀਫਾਰਮ 'ਤੇ ਪਲੀਜ਼ ਤੁਸੀਂ ਦਿਓ ਕਿ ਬੱਚੇ ਜਿਹੜੀ ਯੂਨੀਫਾਰਮ ਪਾ ਕੇ ਆ ਸਕਣ। ਹਰ ਸਕੂਲ ਦੇ ਵਿੱਚ, ਇਸ ਸਕੂਲ ਦੇ ਵਿੱਚ ਵੀ, ਮਤਲਬ ਮੈਂ ਕੋਈ ਪਰਟੀਕੁਲਰ ਸਕੂਲ ਮੈਂਸ਼ਨ ਨਹੀਂ ਕਰ ਸਕਦੀ ਕਿਉਂਕਿ ਹਰ ਸਕੂਲ ਦੇ ਵਿੱਚ ਹੀ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਫਟੀ ਅਤੇ ਪੁਰਾਣੀ ਯੂਨੀਫਾਰਮ ਜਿਹੜੀ ਆ ਉਹ ਪਾ ਕੇ ਆ ਰਹੇ ਨੇ ਅਤੇ ਪਾ ਕੇ ਆਉਂਦੇ ਨੇ, ਅਤੇ ਨਵੀਂ ਯੂਨੀਫਾਰਮ ਦੇਣ ਦਾ ਵੀ ਜਿਹੜਾ ਤਰੀਕਾ ਵਾ ਉਹ ਸ਼ਾਇਦ ਬਦਲਣਾ ਪਏਗਾ ਵੈਂਡਰਸ ਨੂੰ ਕਿ ਆਪਣਾ ਤਰੀਕਾ ਬਦਲੋ, ਤੁਸੀਂ ਆਪਣੀ ਗੱਡੀ ਭੇਜੋ, ਹਰ ਸਾਈਜ਼ ਦੇ ਤੁਸੀਂ ਵੱਧ ਸਟੋਕ ਸਕੂਲ ਦੇ ਵਿੱਚ ਭੇਜੋ, ਔਨ ਦਾ ਸਪੋਟ ਤੁਸੀਂ ਚੈੱਕ ਕਰੋ ਕਿ ਬੱਚੇ ਨੂੰ ਕਰੈਕਟ ਸਾਈਜ਼ ਆਉਂਦਾ ਅਤੇ ਫਿਰ ਉਹਨੂੰ ਕਰੈਕਟ ਯੂਨੀਫਾਰਮ ਜਿਹੜੀ ਆ ਤੁਸੀਂ ਦਿਓ। ਸੋ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਮਨਿੰਦਰ ਸਿੰਘ, ਜੋ ਕਿ ਬਹਿਰੀਨ ਤੋਂ ਨੇ, ਸਾਡੇ ਰੈਗੂਲਰ ਡੋਨਰ ਨੇ, ਬਹੁਤ ਸਾਰੇ ਕੈਂਪੇਨ ਮਨਿੰਦਰ ਜੀ ਨੇ ਸਪੋਂਸਰ ਕੀਤੇ ਨੇ, ਅਤੇ ਮੈਂ ਉਹਨਾਂ ਦੀ ਬੜੀ ਧੰਨਵਾਦੀ ਹਾਂ ਕਿ ਉਹ ਸਾਡੇ 'ਤੇ ਇੰਨੀ ਦੂਰੋਂ ਬੈਠ ਕੇ ਇੰਨਾ ਟਰੱਸਟ ਕਰ ਰਹੇ ਨੇ ਅਤੇ ਲਗਾਤਾਰ ਸਾਡੇ ਕੈਂਪੇਨ ਜਿਹੜੇ ਆ ਉਹ ਸਪੋਂਸਰ ਕਰ ਰਹੇ ਨੇ। ਅੱਜ ਸਾਡਾ 279th ਜਿਹੜਾ ਉਹ ਕੈਂਪੇਨ ਆ ਪਿੰਡ ਉੱਪਲ ਦੇ ਵਿੱਚ, ਅਤੇ ਹੁਣ ਤੱਕ ਸਾਡੇ 14,192 ਜਿਹੜੇ ਸ਼ੂਜ਼ ਆ ਉਹ ਵੱਖ ਵੱਖ ਸਕੂਲਾਂ 'ਚ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਹਨਾਂ ਬੱਚਿਆਂ ਨਾਲ ਮਿਲਾਉਣਾ ਚਾਹੁੰਦੀ ਕਿ ਜਿਹੜੇ ਅੱਜ ਸਕੂਲ ਨੰਗੇ ਪੈਰੀ ਆਏ ਨੇ, ਕਿਉਂਕਿ ਜਦੋਂ ਵੀ ਮੈਂ ਗੱਲ ਕਰਦੀ ਹਾਂ ਜਾਂ ਬਹੁਤ ਵਾਰੀ ਮੈਂ ਕਿਤੇ ਵੀ ਕਿਸੇ ਮੰਚ 'ਤੇ ਵੀ ਬੋਲਦੀ ਹਾਂ, ਅਤੇ ਬੱਚੇ ਮੈਨੂੰ ਸਾਰੇ ਇਹੀ ਪੁੱਛਦੇ ਨੇ ਕਿ ਵਾਕਈ ਬੱਚੇ ਨੰਗੇ ਪੈਰੀ ਆਉਂਦੇ ਨੇ। ਸੋ ਆਈ ਥਿੰਕ ਇਹ ਲਾਈਵ ਵੀਡੀਓਜ਼ ਜਿਹੜੀਆਂ ਵਾ ਹਰ ਕੋਨੇ ਕੋਨੇ 'ਤੇ ਪਹੁੰਚਣੀਆਂ ਚਾਹੀਦੀਆਂ ਕਿ ਲੋਕਾਂ ਨੂੰ ਯਕੀਨ ਆਵੇ ਕਿ ਬੱਚੇ ਸਕੂਲ ਜਿਹੜੇ ਕਿ ਪੜ੍ਹਨ ਆ ਰਹੇ ਨੇ, ਜਿਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ, ਉਹਨਾਂ ਦਾ ਧਿਆਨ ਸ਼ਾਇਦ ਆਪਣੇ ਪੈਰਾਂ ਵੱਲ ਆ, ਅਤੇ ਉਹਨਾਂ ਦੇ ਉਹ ਉਹਨਾਂ ਦਾ ਧਿਆਨ ਸ਼ਾਇਦ ਆਪਣੀਆਂ ਜ਼ਰੂਰਤਾਂ ਵੱਲ ਆ ਜਿਹੜੀਆਂ ਕਿ ਉਹਨਾਂ ਨੂੰ
ਜਲਦ ਤੋਂ ਜਲਦ ਐਟਲੀਸਟ ਸਕੂਲਾਂ ਵਿੱਚ ਦੇ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਹੈ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸੋ ਮੇਰੇ ਲਾਗੇ 3 ਬੱਚੇ ਨੇ, ਗੁਰਦਿੱਤ, ਨਵਪ੍ਰੀਤ ਅਤੇ ਯੁਵਰਾਜ, ਜੋ ਕਿ ਫਸਟ ਕਲਾਸ ਦੇ ਬੱਚੇ ਨੇ ਅਤੇ ਬੱਚੇ ਜਿਹੜੇ ਆ ਨੰਗੇ ਪੈਰੀ ਸਕੂਲ ਆਏ ਨੇ। ਸੋ ਬਹੁਤ ਇਹ ਨਹੀਂ ਮੈਂ ਕਹਿੰਦੀ ਕਿ ਹਰ ਸਕੂਲ ਹੀ ਇੱਦਾਂ ਹੁੰਦਾ, ਬਟ ਬਹੁਤ ਸਕੂਲ ਇੱਦਾਂ ਦੇ ਹੁੰਦੇ ਨੇ ਜਿੱਥੇ ਸਾਨੂੰ ਇੱਦਾਂ ਦੇ ਬੱਚੇ ਜਿਹੜੇ ਆ ਮਿਲ ਹੀ ਜਾਂਦੇ ਨੇ, ਜਿਹੜੇ ਕਿ ਬਹੁਤ ਦੇਰ ਤੋਂ ਆਪਣੇ ਸਕੂਲ ਦੇ ਵਿੱਚ ਜਿਹੜੇ ਨੰਗੇ ਪੈਰੀ ਆ ਰਹੇ ਹੁੰਦੇ ਨੇ। ਅਤੇ ਸ਼ਾਇਦ ਜੇ ਕੋਈ ਵੀ ਸੰਸਥਾ, ਕੋਈ ਵੀ ਇੰਡੀਵਿਜੁਅਲ ਕੋਈ ਕੰਮ ਕਰਨਾ ਚਾਹੁੰਦਾ ਹੈ ਲੋਕਲ ਸਰਕਾਰੀ ਸਕੂਲ 'ਚ, ਅਤੇ ਇਹ ਬੱਚਿਆਂ ਨੂੰ ਸਭ ਤੋਂ ਪਹਿਲਾਂ ਚੁਣੋ ਜਿਹੜੇ ਕਿ ਨੰਗੇ ਪੈਰੀ ਸਕੂਲ ਆਏ ਨੇ। ਸੋ ਸਰਦੀ ਦੇ ਵਿੱਚ ਵੀ ਬੜਾ ਔਖਾ ਹੈ ਕਿ ਨੰਗੇ ਪੈਰੀ ਸਕੂਲ ਆਉਣਾ, ਕਿਉਂਕਿ ਠੰਡ ਦੇ ਦਿਨ ਆ ਅਤੇ ਬੱਚਿਆਂ ਦੇ ਪੈਰ ਠਰ ਜਾਂਦੇ ਨੇ। ਅਤੇ ਗਰਮੀ ਦੇ ਵਿੱਚ ਵੀ ਕਿਹੜਾ ਸੌਖਾ ਸਕੂਲ ਦੇ ਵਿੱਚ ਨੰਗੇ ਪੈਰੀ ਆਉਣਾ। 3 ਬੱਚੇ ਤੁਸੀਂ ਦੇਖੇ ਹੋਣੇ ਕਿ ਜਿਹੜੇ ਨੰਗੇ ਪੈਰੀ ਸਕੂਲ ਆਏ ਨੇ। ਸੋ ਗਰਮੀ ਦੇ ਵਿੱਚ ਵੀ ਬਹੁਤ ਜ਼ਿਆਦਾ ਸੇਕ ਹੁੰਦਾ। ਮੈਨੂੰ ਲੱਗਦਾ ਕਿ ਅਸੀਂ ਤਾਂ ਗੁਰਦੁਆਰੇ ਦੀ ਪਰਿਕਰਮਾ ਨਹੀਂ ਕਰ ਸਕਦੇ ਨੰਗੇ ਪੈਰੀ ਜੇ ਸਾਨੂੰ ਫਰਸ਼ 'ਤੇ ਕਰਨੀ ਪੈ ਜੇ, ਕਿ ਸਾਨੂੰ ਉਹੀ ਇੰਨਾ ਔਖਾ ਲੱਗਦਾ। ਅਤੇ ਇਹ ਬੱਚੇ ਦੇਖੋ ਕਿ ਪੂਰਾ ਪੂਰਾ ਦਿਨ ਜਿਹੜੇ ਨੰਗੇ ਪੈਰੀ, ਜਿਨ੍ਹਾਂ ਨੇ ਸਕੂਲ ਆਉਣਾ, ਸਕੂਲ ਤੋਂ ਘਰ ਜਾਣਾ, ਘਰ ਤੋਂ ਸਕੂਲ ਆਉਣਾ, ਸੋ ਆਪਣਾ ਪੂਰਾ ਦਿਨ ਹੀ ਇਹਨਾਂ ਨੇ ਇੱਦਾਂ ਕੱਟਣਾ ਹੁੰਦਾ। ਅਤੇ ਇੰਨੀ ਠੰਡ ਦੇ ਵਿੱਚ ਜੇ ਬੱਚੇ ਕੋਲ ਚੱਪਲ ਹੋਵੇ, ਜਾਂ ਇੰਨੀ ਗਰਮੀ ਦੇ ਵਿੱਚ ਜੇ ਬੱਚੇ ਕੋਲ ਚੱਪਲ ਹੋਵੇ, ਤਾਂ ਉਹ ਕਿਉਂ ਨਾ ਪਾ ਕੇ ਆਵੇ। ਸੋ ਐਕਸਟ੍ਰੀਮ ਮੌਸਮ 'ਚ ਜਿਹੜੇ ਆ ਬੱਚੇ ਜ਼ਰੂਰ ਪਾ ਕੇ ਆਉਣਗੇ। ਅਤੇ ਇੱਥੇ ਸਾਡੇ ਕੋਲ ਇਸ ਸਕੂਲ ਦੇ ਟੀਚਰ ਵੀ ਨੇ, ਪ੍ਰੀਤ ਮੋਹਨ ਕੌਰ ਜੀ, ਅਤੇ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਉਹਨਾਂ ਨੂੰ ਸੁਣਨਾ ਹੈ। ਥੋੜ੍ਹੀ ਦੇਰ ਬਾਅਦ ਮੈਂ ਉਹਨਾਂ ਨੂੰ ਆਪਣੀ ਵੀਡੀਓ 'ਚ ਲਾਈਵ ਲਵਾਂਗੀ। ਬਹੁਤ ਘੱਟ ਸਕੂਲਾਂ ਦੇ ਵਿੱਚ ਟੀਚਰਸ ਇੱਦਾਂ ਦੇ ਹੁੰਦੇ ਨੇ ਜਿਹੜੇ ਇੰਨਾ ਕੋਆਪਰੇਟ ਕਰਦੇ ਨੇ, ਇੰਨਾ ਬੱਚਿਆਂ ਦਾ ਜਿਹੜਾ ਦਰਦ ਆ ਉਹ ਮਹਿਸੂਸ ਕਰਦੇ ਨੇ। ਮੈਂ ਹੈਰਾਨ ਹੋ ਗਈ, ਮੈਨੂੰ ਲੱਗਾ ਕਿ ਉਹ ਬਸ ਹੁਣ ਰੋ ਹੀ ਪੈਣਗੇ, ਕਿ ਜਿਵੇਂ ਉਹ ਮੈਨੂੰ ਦੱਸ ਰਹੇ ਸੀ ਬੱਚਿਆਂ ਦੇ ਹਾਲਾਤ। ਅਤੇ ਹਰ ਸਕੂਲ ਦੇ ਵਿੱਚੋਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ, ਟੀਚਰਸ ਦੀ ਜਾਂ ਕੋਈ ਵੀ ਸਾਨੂੰ ਲੱਗਦਾ ਕਿ ਬਹੁਤ ਅੱਛਾ ਕੰਮ ਕਰ ਰਿਹਾ, ਬਹੁਤ ਆਪਣੀ ਡੈਡੀਕੇਸ਼ਨ ਸ਼ੋਅ ਕਰ ਰਿਹਾ, ਅਤੇ ਅਸੀਂ ਉਹਨੂੰ ਹਮੇਸ਼ਾ ਆਪਣੀ ਗੈਸਟ ਲਿਸਟ 'ਚ ਸ਼ਾਮਿਲ ਕਰਦੇ ਹਾਂ। ਅਤੇ ਪ੍ਰੀਤ ਮੋਹਨ ਜੀ ਨੂੰ ਵੀ ਅਸੀਂ ਆਪਣੀ ਗੈਸਟ ਲਿਸਟ 'ਚ ਸ਼ਾਮਿਲ ਕੀਤਾ ਕਿ ਕੋਈ ਵੀ ਸਾਡਾ ਈਵੈਂਟ ਹੋਏਗਾ ਅਤੇ ਅਸੀਂ ਉਹਨਾਂ ਨੂੰ ਜ਼ਰੂਰ ਇਨਵਾਈਟ ਕਰਨਾ ਚਾਹਾਂਗੇ ਆਪਣੇ ਉੱਥੇ। ਅਤੇ ਮੇਰੇ ਕੋਲ ਇੱਕ ਬੱਚਾ ਹੈ ਜਿਹੜਾ ਕਿ ਆਪਣੇ ਮੰਮੀ ਦੀ ਚੱਪਲ ਪਾ ਕੇ ਆਇਆ। ਸੋ ਬਹੁਤ ਵਾਰੀ ਅਸੀਂ ਕਵਰ ਕੀਤਾ ਸਕੂਲ ਦੇ ਵਿੱਚ ਕਿ ਬੱਚੇ ਕਿੱਦਾਂ, ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਦੀ ਹੈਲਪ ਕਰਦੇ ਨੇ, ਕਿ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪੇਰੈਂਟਸ ਨੇ ਚੱਪਲ ਪਾਈ ਹੋਏਗੀ ਕਿ ਨਹੀਂ, ਬਟ ਬੱਚਾ ਜਿਹੜਾ ਉਹ ਆਪਣੀ ਮਦਰ ਦੀ ਚੱਪਲ ਪਾ ਕੇ ਆਇਆ ਸਕੂਲ ਦੇ ਵਿੱਚ। ਸੋ ਇਹ ਬੱਚੇ ਜਿਹੜੇ ਆ ਇਹ ਸਾਨੂੰ ਸਾਡੇ ਲਈ ਇੱਕ ਸੇਧ ਆ, ਸਾਨੂੰ ਇਹ ਦੱਸ ਰਹੇ ਨੇ ਕਿ ਅਸੀਂ ਇਹਨਾਂ ਹਾਲਾਤਾਂ 'ਚ ਰਹਿੰਦੇ ਹਾਂ। ਅਤੇ ਜਿਹੜੇ ਵੀ ਸਕੂਲਾਂ ਦੇ ਵਿੱਚ ਸ਼ੂਜ਼ ਦੀ ਜ਼ਰੂਰਤ ਆ, ਜਾਂ ਜਿਹੜੇ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਆ, ਸਾਨੂੰ ਜਿਹੜੀ ਆ ਉਹ ਪਹਿਲ ਕਰਨੀ ਚਾਹੀਦੀ ਆ। ਕਿਉਂਕਿ ਅਸੀਂ ਜਿਹੜੇ ਬੱਚੇ ਝੁੱਗੀਆਂ 'ਚ ਰਹਿ ਰਹੇ ਨੇ, ਜਾਂ ਜਿਹੜੇ ਬੱਚੇ ਸਲੰਮ ਏਰੀਆਸ 'ਚ ਰਹਿ ਰਹੇ ਨੇ, ਉਹਨਾਂ ਦਾ ਇੱਕ ਤਰੀਕਾ ਵੱਖਰਾ ਵਾ, ਪਰ ਇਹ ਬੱਚਿਆਂ ਨੇ ਸ਼ਾਇਦ ਰੋਜ਼ ਸਕੂਲ ਵੀ ਆਉਣਾ ਹੁੰਦਾ, ਉਸ ਨਮੋਸ਼ੀ 'ਚੋਂ ਲੰਘਣਾ ਹੁੰਦਾ, ਆਪਣੇ ਆਪ ਨੂੰ ਫੀਲ ਕਰਨਾ ਹੁੰਦਾ ਕਿ ਸ਼ਾਇਦ ਮੇਰੇ ਕੋਲ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਹੈਗੀਆਂ। ਅਤੇ ਇਹਨਾਂ ਦੀਆਂ ਇਹ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਬੜੀਆਂ ਜ਼ਰੂਰੀ ਨੇ। ਇੱਕ ਬੜਾ ਪਿਆਰਾ ਜਿਹਾ ਬੱਚਾ ਮੇਰੇ ਕੋਲ, ਇੱਧਰ ਆਓ, ਅਤੇ ਇਹਦੀ ਮੈਂ ਤੁਹਾਨੂੰ ਜੁਗਾੜ ਦਿਖਾਉਣਾ ਚਾਹੁੰਦੀ ਹਾਂ ਕਿ ਇਹਨੇ ਆਪਣੀ ਚੱਪਲ ਦਾ ਕਿਵੇਂ ਜੁਗਾੜ ਕੀਤਾ। ਨਾਮ ਕੀ ਤੁਹਾਡਾ? ਸੁਖਦੇਵ। ਇਹ ਕਿੰਨੇ ਬੰਨ ਕੇ ਦਿੱਤੀ ਤੁਹਾਨੂੰ ਦੱਸੋ? ਆਪੇ ਬੰਨ ਲਈਏ? ਠੀਕ ਹੈ। ਕਦੋਂ ਦੀ ਟੁੱਟੀ ਤੁਹਾਡੀ ਚੱਪਲ? ਕੱਲ੍ਹ ਟੁੱਟੀ ਆ। ਚਲੋ ਠੀਕ ਆ। ਸੋ ਬੱਚੇ ਜਿਹੜੇ ਆ ਉਹ ਦੇਖੋ ਕਿ ਆਪਣੇ ਪੇਰੈਂਟਸ ਤੋਂ ਮੰਗਣ ਤੋਂ ਪਹਿਲਾਂ ਵੀ, ਜਾਂ ਇਹ ਵੀ ਸੋਚਣ ਤੋਂ ਪਹਿਲਾਂ ਕਿ ਮੇਰੀ ਚੱਪਲ ਹੁਣ ਟੁੱਟ ਗਈ ਹੈ, ਉਹਨੂੰ ਪਤਾ ਹੈ ਕਿ ਮੈਨੂੰ ਚੱਪਲ ਜਲਦੀ ਨਹੀਂ ਮਿਲਣੀ, ਉਹਨੇ ਆਪੇ ਆਪਣੀ ਚੱਪਲ ਜਿਹੜੀ ਆ ਉਹ ਗੰਢ ਲਈ ਆ, ਆਪਣਾ ਬੜਾ ਵਧੀਆ ਗੁਜ਼ਾਰਾ ਕਰਦੇ ਆ। ਅਤੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਥੋੜ੍ਹਾ ਜਿਹਾ ਵੀ ਕੁਛ, ਕੋਈ ਸਾਡੇ ਸੈਂਡਲ ਨੂੰ ਕੁਛ ਹੋ ਗਿਆ, ਚੱਪਲ ਨੂੰ ਕੁਛ ਹੋ ਗਿਆ, ਅਤੇ ਉਹਨਾਂ ਲਈ 2-3 ਹੋਰ ਜਿਹੜੀਆਂ ਸੁਵਿਧਾਵਾਂ, ਉਹਨਾਂ ਲਈ ਹੋਰ ਜਿਹੜੀਆਂ ਫੁੱਟਵੇਅਰ ਜਿਹੜੇ ਆ ਉਹ ਰੈਡੀ ਹੋ ਜਾਂਦੇ ਨੇ। ਬਟ ਆਈ ਥਿੰਕ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਵਾ ਔਨ ਦਾ ਗਰਾਊਂਡ ਕੈਂਪੇਨਸ ਦੇ ਵਿੱਚ ਸ਼ਾਮਿਲ ਕਰਨਾ ਬੜਾ ਜ਼ਰੂਰੀ ਆ।
ਇਹਨਾਂ ਬੱਚਿਆਂ ਤੋਂ ਅਸੀਂ ਸਟਰੋਂਗ ਹੁੰਦੇ ਹਾਂ, ਸਾਨੂੰ ਹੋਰ ਤਾਕਤ ਮਿਲਦੀ ਹੈ, ਅਸੀਂ ਹੋਰ ਥੈਂਕਫੁਲ ਹੁੰਦੇ ਹਾਂ ਕਿ ਸਾਨੂੰ ਰੱਬ ਸਾਡੇ 'ਤੇ ਰੱਬ ਦੀਆਂ ਕਿੰਨੀਆਂ ਰਹਿਮਤਾਂ ਨੇ, ਅਤੇ ਇਹ ਬੱਚੇ ਜਿਹੜੇ ਆ ਕਿੰਨੇ ਸਟਰੋਂਗ ਨੇ, ਕਿੰਨੇ ਤਾਕਤਵਰ ਨੇ ਕਿ ਹਰ ਹਾਲਾਤ 'ਚੋਂ ਲੰਘ ਕੇ ਅਤੇ ਤਾਂ ਵੀ ਖੁਸ਼ ਰਹਿੰਦੇ ਨੇ, ਤਾਂ ਵੀ ਸਮਾਈਲ ਕਰਦੇ ਨੇ। ਸੋ ਮੇਰੇ ਨਾਲ 5 ਬੱਚੇ ਜਿਹੜੇ ਹੋਰ ਆ ਇਸ ਸਕੂਲ ਦੇ, ਜਿਹੜੇ ਕਿ ਅੱਜ ਸਕੂਲ ਦੇ ਵਿੱਚ ਬੈਗ ਨਹੀਂ ਲੈ ਕੇ ਆਏ, ਅਤੇ ਇੱਕ ਬੜਾ ਪਿਆਰਾ ਜਿਹਾ ਬੱਚਾ ਹੈ ਸਾਡੇ ਕੋਲ ਗੁਰਬਾਜ, ਅਤੇ ਅਸੀਂ ਉਹਦੇ ਨਾਲ ਵੀ ਗੱਲ ਕਰਾਂਗੇ। ਆਪਣਾ ਬੈਗ ਲੈ ਕੇ ਆਓ। ਬੈਗ ਤੋਂ ਇਹ ਸਾਰੇ ਬੱਚੇ ਨੇ ਜਿਹੜੇ ਅੱਜ ਆਪਣਾ ਸਕੂਲ ਬੈਗ ਨਹੀਂ ਲੈ ਕੇ ਆਏ ਅੱਜ। ਅਤੇ ਤੁਹਾਡਾ ਨਾਮ ਕੀ? ਗੁਰਸੇਵਕ, ਹੈ ਨਾ। ਸੋ ਗੁਰਸੇਵਕ ਅਤੇ ਗੁਰਸੇਵਕ ਦਾ ਜਿਹੜਾ ਬ੍ਰਦਰ ਆ, ਇਹ ਸੇਮ ਬੈਗ 'ਚ ਆਪਣੀਆਂ ਕਿਤਾਬਾਂ ਲੈ ਕੇ ਆਉਂਦੇ ਸਕੂਲ। ਅਤੇ ਤੁਹਾਡਾ ਨਾਮ ਕੀ ਹੈ? ਮੁਸਕਾਨ। ਸੋ ਇਹ ਮੁਸਕਾਨ ਹੈ, ਮੁਸਕਾਨ ਦਾ ਬੈਗ ਦਿਖਾਓ ਤੁਸੀਂ ਆਪਣਾ। ਇਹ ਵੀ ਬੱਚਾ ਬੈਗ ਨਹੀਂ ਲੈ ਕੇ ਆਇਆ, ਇਹ ਵੀ ਬੱਚਾ ਬੈਗ ਨਹੀਂ ਲੈ ਕੇ ਆਇਆ, ਦਿਖਾਓ। ਹਾਂਜੀ, ਇਹ ਸਾਡਾ ਅੱਜ ਦਾ ਗੈਸਟ ਹੈਗਾ ਗੁਰਬਾਜ ਸਿੰਘ, ਹੈ ਨਾ ਗੁਰਬਾਜ। ਉੱਥੇ ਰੱਖ ਦਿਓ ਬੈਗ, ਚਲੋ ਆਪਣਾ ਇੱਧਰ ਆਓ ਫਿਰ। ਸੋ ਗੁਰਬਾਜ ਨੂੰ ਜਦੋਂ ਅੱਜ ਸ਼ੂਜ਼ ਮਿਲ ਗਏ ਸੀ ਅਤੇ ਪੂਰਾ ਡਾਂਸ ਕਰਕੇ ਦਿਖਾਇਆ ਸੀ, ਹੈ ਨਾ ਗੁਰਬਾਜ। ਆਪਣਾ ਆਪਣੀ ਕਲਾਸ ਦੱਸੋ, ਚਲੋ ਜੋਤੀ ਬੋਲੋ ਪਹਿਲੀ। ਹਾਂ, ਅਤੇ ਤੁਸੀਂ ਦੱਸੋ ਚੱਪਲ ਕਿਹਦੀ ਪਾ ਕੇ ਆਏ ਹੋ? ਆ ਚੱਪਲ ਪਾਈ ਨਾ ਤੁਸੀਂ? ਭੈਣ ਜੀ। ਹਾਂ ਭੈਣ ਜੀ। ਅਤੇ ਤੁਹਾਡੀ ਚੱਪਲ ਕਿੱਥੇ ਗਈ? ਉਹ ਟੁੱਟ ਗਈ। ਅਤੇ ਨਵੇਂ ਬੂਟ ਮਿਲ ਗਏ ਤੁਹਾਨੂੰ? ਹਾਂਜੀ। ਅਤੇ ਪੋਇਮ ਸੁਣਾਓ ਜਿਹੜੀ ਤੁਸੀਂ ਮੈਨੂੰ ਸਿਖਾਈ ਸੀ। ਹੁਣ ਗਰਮੀਆਂ ਆ ਗਈਆਂ ਨਾ, ਅਤੇ ਸਾਨੂੰ ਰੁੱਖ ਕੀ ਕਰਦੇ? ਠੰਡੀ ਠੰਡੀ ਛਾਂ ਦਿੰਦੇ ਨਾ, ਹੈ ਨਾ। ਅਤੇ ਸੁਣਾਓ, ਜ਼ੋਰ ਦੀ ਸੁਣਾਓ ਪੋਇਮ ਸਾਰਿਆਂ ਨੂੰ। ਇੱਥੇ ਇੱਧਰ ਵੇਖ ਕੇ, ਇੱਧਰ ਮੋਬਾਈਲ ਵਿੱਚ ਸੁਣਾਓ, ਖੁਸ਼ ਹੋ ਕੇ ਰੁੱਖ ਵਾਲੀ ਪੋਇਮ। ਨਿੱਕਾ ਜਾਇਆ ਬੀਜ ਹਾਂ, ਮੈਂ ਬੜੀ ਹੀ ਚੀਜ਼ ਹਾਂ, ਮੈਨੂੰ ਧਰਤੀ ਵਿੱਚ ਦਬਾਓ, ਥੋੜ੍ਹਾ ਥੋੜ੍ਹਾ ਪਾਣੀ ਪਾਓ, ਵੱਡਾ ਹੋ ਕੇ ਰੁੱਖ ਬਣ ਜਾਵਾਂ, ਸਭ ਨੂੰ ਤੇ ਨਾਲ ਠੰਡੀਆਂ ਛਾਵਾਂ। ਤੇ ਬੋਲ ਕੇ ਕਹਿ ਦਿਓ ਕਿ ਸਾਰੇ ਜਾਣੇ ਤੁਸੀਂ ਰੁੱਖ ਲਗਾਇਆ ਕਰੋ, ਬੋਲੋ। ਸੋ ਗੁਰਬਾਜ ਫਸਟ ਕਲਾਸ ਦਾ ਬੱਚਾ ਹੈ, ਅਤੇ ਆਪਣੀ ਸਿਸਟਰ ਦੀ ਚੱਪਲ ਇਹ ਪਾ ਕੇ ਆਇਆ ਸਕੂਲ ਦੇ ਵਿੱਚ। ਇਹਦੀ ਆਪਣੀ ਚੱਪਲ ਜਿਹੜੀ ਹੈ ਟੁੱਟ ਗਈ, ਮੈਂ ਦੇਖਿਆ ਕਿ ਉਹਦੀ ਚੱਪਲ ਥੋੜ੍ਹੀ ਛੋਟੀ ਸੀ, ਅਤੇ ਮੈਂ ਉਹਨੂੰ ਪੁੱਛਿਆ ਅਤੇ ਉਹਨੇ ਮੈਨੂੰ ਦੱਸਿਆ ਕਿ ਮੈਂ ਆਪਣੀ ਭੈਣ ਦੀ ਚੱਪਲ ਪਾਈ ਹੋਈ ਆ, ਅਤੇ ਹੁਣ ਉਹਨੂੰ ਨਵੇਂ ਬੂਟ ਮਿਲ ਗਏ ਅਤੇ ਤੁਹਾਨੂੰ ਨਵੇਂ ਬੂਟ ਪਾ ਕੇ ਦਿਖਾਏਗਾ, ਹੈ ਨਾ। ਅਤੇ ਇਸ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਜਿਹੜਾ ਬੈਗ ਦੇਈਏ, ਅਤੇ ਆਲਮੋਸਟ 60 ਬੱਚੇ ਆ ਇਸ ਸਕੂਲ ਦੇ ਜਿਹੜੇ ਕਿ ਅੱਜ ਚੱਪਲਾਂ ਦੇ ਵਿੱਚ ਆਏ ਨੇ, ਅਤੇ ਉਹਨਾਂ ਨੂੰ ਵੀ ਮੈਂ ਕਵਰ ਕਰਾਂਗੀ ਆਪਣੀ ਵੀਡੀਓ 'ਚ। ਪਰ ਉਸ ਤੋਂ ਪਹਿਲਾਂ ਮੈਂ ਸਕੂਲ ਦੇ ਮੈਮ ਨੇ ਪ੍ਰੀਤ ਮੋਹਨ ਜੀ, ਉਹਨਾਂ ਤੋਂ ਮੈਂ, ਬਿਕੋਜ਼ ਇਹਨਾਂ ਨੇ ਮੈਨੂੰ ਬਹੁਤ ਡੂੰਘਿਆਈ ਨਾਲ ਹਰ ਬੱਚੇ ਬਾਰੇ ਦੱਸਿਆ। ਅਤੇ ਟੀਚਰਸ ਜਿਹੜਾ ਵਾ ਉਹ ਆਪਣੇ ਆਪ 'ਚ ਡਾਕਟਰ ਨੇ ਬੱਚਿਆਂ ਦੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੁਦ ਕਰਦੇ ਨੇ। ਸੋ ਮੈਂ ਆਪਣੀਆਂ ਵੀਡੀਓਸ ਜਾਂ ਵੈਸੇ ਵੀ ਹਮੇਸ਼ਾ ਸਕੂਲਾਂ 'ਚ ਵਿਜ਼ਿਟ ਕਰਕੇ ਟੀਚਰਸ ਦਾ ਜਿਹੜਾ ਸਮਰਥਨ ਹੀ ਕੀਤਾ, ਕਿਉਂਕਿ ਮੈਂ ਬਹੁਤ ਸਾਰੇ ਆਲਮੋਸਟ ਸਾਰੇ ਸਕੂਲਾਂ ਦੇ ਵਿੱਚ ਮੈਂ ਦੇਖਿਆ ਕਿ ਜੇ ਟੀਚਰ ਸਪੋਜ਼ ਪੜ੍ਹਾ ਨਹੀਂ ਚੰਗਾ ਰਿਹਾ ਤਾਂ ਉਹ ਡਾਕਟਰ ਵਧੀਆ, ਜੇ ਉਹ ਡਾਕਟਰ ਨਹੀਂ ਵਧੀਆ ਤਾਂ ਉਹ ਪੜ੍ਹਾ ਚੰਗਾ ਰਿਹਾ। ਸੋ ਟੀਚਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਕਰ ਹੀ ਰਿਹਾ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਆ, ਉਹਨੂੰ ਇਹ ਬਹੁਤ ਵਧੀਆ ਅੰਡਰਸਟੈਂਡਿੰਗ ਆ ਟੀਚਰ ਦੀ ਕਿ ਉਹਨੇ ਇੱਥੇ ਸੇਵਾ ਕਰਨ ਲਈ ਉਹਨੂੰ ਇਹਨੂੰ ਬਹੁਤ ਕੁਛ ਆ। ਜੇ ਉਹਨੇ ਕਿਤੇ ਵੀ ਪੈਸੇ ਦੇਣੇ ਆ ਜਾਂ ਉਹਨੇ ਕੋਈ ਕੰਮ ਕਰਨਾ, ਤਾਂ ਮੈਨੂੰ ਲੱਗਦਾ ਕਿ ਸਕੂਲ ਹੀ ਉਹਨਾਂ ਦਾ ਜਿਹੜਾ ਵਾ ਸਭ ਤੋਂ ਵੱਡਾ ਗੁਰਦੁਆਰਾ ਹੈ ਉਹਨਾਂ ਲਈ, ਕਿ ਉਹ ਕੋਈ ਵੀ ਆਪਣੀ ਜਿਹੜੀ ਸੇਵਾ ਵਾ ਇੱਥੇ ਨਿਭਾ ਸਕਦੇ ਨੇ। ਅਤੇ ਮੈਮ ਨਾਲ ਅਸੀਂ ਗੱਲ ਕਰਾਂਗੇ ਕਿ ਕਿੱਦਾਂ ਕਿੱਦਾਂ ਦੇ ਬੱਚੇ ਨੇ ਇੱਥੋਂ ਦੇ, ਕਿੱਦਾਂ ਦੀਆਂ ਫੈਮਿਲੀਜ਼ 'ਚੋਂ ਆ ਰਹੇ ਨੇ, ਅਤੇ ਸਰਦੀਆਂ ਬੱਚਿਆਂ ਨੇ ਕਿੱਦਾਂ ਕੱਢੀਆਂ ਨੇ ਸਕੂਲ ਦੇ ਬੱਚਿਆਂ ਨੇ, ਅਤੇ ਜੋ ਵੀ ਉਹ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਮੈਂ ਸਰਕਾਰੀ ਐਲੀਮੈਂਟਰੀ ਸਕੂਲ ਉੱਪਰ, ਪਹਿਲਾਂ ਤਾਂ ਮੈਂ ਨਵਦੀਪ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਅੱਜ ਸਾਡੇ ਬੱਚਿਆਂ ਦੇ ਪੈਰ ਜਿਹੜੇ ਉਹ ਢੱਕ ਦਿੱਤੇ ਆ। ਸਾਡੇ ਬੱਚੇ ਸਰਦੀਆਂ ਦੇ ਵਿੱਚ ਚੱਪਲਾਂ ਪਾ ਕੇ ਆਉਂਦੇ, ਨੋਰਮਲ ਕੋਈ ਗੱਲ ਨਹੀਂ।
ਚੱਪਲਾਂ ਦੇ ਨਾਲ ਉਹਨਾਂ ਦੀਆਂ ਜਰਾਬਾਂ ਦੀ ਔਰ ਸਾਡੀ ਪੇ ਸਿਰਫ 10,000 ਹੈ ਇਹਦੇ ਵਿੱਚੋਂ ਇਹ ਸਾਰੇ ਬੱਚਿਆਂ ਨੂੰ ਐਫਰਟਸ ਨਹੀਂ ਕਰ ਸਕਦੇ ਪਰ ਜਿੰਨੀ ਕੁ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਹਰ ਬੱਚੇ ਨੂੰ ਪੈਨਸਲ ਕਾਪੀ ਜਿੰਨਾ ਵੀ ਹੋ ਸਕਦਾ ਉਹਨਾਂ ਕਰਕੇ ਪਰ ਇਹ ਬੱਚਿਆਂ ਕੋਲ ਖਾਣਾ ਵੀ ਨਹੀਂ ਹੁੰਦਾ ਇਹ ਬੱਚੇ ਨਵੀਂ ਪੰਗਾਰੀ ਆ ਸਮਾਜ ਦੀ ਸਿਰਜਣਾ ਵਾ ਪਰ ਮੈਂ ਕਹਿੰਦੀ ਹਰ ਟੀਚਰ ਕੋਲ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਇੰਨਾ ਕੁ ਵਿਦਿਆ ਦਾ ਦਾਨ ਦੇਣ ਕਿ ਆਪਣੇ ਪੈਰਾਂ ਦੇ ਸਿਰ ਖੜੇ ਹੋ ਸਕਣ ਅਤੇ ਇਹੋ ਜਿਹੀ ਨੌਬਤ ਨਾ ਆਵੇ ਕਿ ਬੱਚੇ ਇਵੇਂ ਦੇ ਹੋਣ ਠੀਕ ਹੈ ਇਸ ਕਰਕੇ ਸਾਰਿਆਂ ਨੂੰ ਹੀ ਮੇਰੀ ਤਾਂ ਇਹ ਕੋਸ਼ਿਸ਼ ਆ ਕਿ ਕੋਈ ਵੀ ਦਾਨ ਕਰਨਾ ਆ ਅਤੇ ਇਹਨਾਂ ਬੱਚਿਆਂ ਲਈ ਕਰੋ ਤਾਂ ਜੋ ਸਾਡਾ ਜਿਹੜਾ ਸਮਾਜ ਆ ਉਹ ਸੁਧਰ ਸਕੇ ਅਤੇ ਨਵੀਂ ਪੰਗਾਰੀ ਜਿਹੜੀ ਉਹ ਹਰ ਚੀਜ਼ ਉਹਨਾਂ ਕੋਲ ਹੋਵੇ ਉਹ ਜਿਹੜੇ ਆਉਣ ਵਾਲੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਇਸ ਜਿਹੜੀ ਹੈਗੀ ਹੈ ਇਹ ਸਮੱਸਿਆ ਉਹਦੇ ਵਿੱਚੋਂ ਨਾ ਲੰਘਣਾ ਪਵੇ ਹਰ ਕੋਲੋਂ ਹਰ ਜਿਹੜੀ ਚੀਜ਼ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਸਹੂਲਤ ਪਰ ਇਹ ਸਹੂਲਤਾਂ ਸਰਕਾਰ ਵੀ ਪੂਰੀਆਂ ਨਹੀਂ ਦਿੰਦੀ ਕਿਉਂਕਿ ਹਰ ਟੀਚਰ ਦੀ ਸਾਡੀ ਪੇ ਸਿਰਫ 10,000 ਆ 10,000 ਦੇ ਵਿੱਚੋਂ ਹਰ ਬੱਚੇ ਕੋਸ਼ਿਸ਼ ਕਰੀਏ ਤਾਂ ਆਪਾਂ ਪੂਰਾ ਨਹੀਂ ਕਰ ਸਕਦੇ ਇਸ ਕਰਕੇ ਜਿੰਨੀ ਕੁ ਐਫਰਟਸ ਹੁੰਦੀ ਆ ਉਹਦੇ ਤੋਂ ਵੱਧ ਕਰਦੀ ਹਾਂ ਪਰ ਮੇਰੀ ਕੋਸ਼ਿਸ਼ ਇਹ ਆ ਕਿ ਹਰ ਬੱਚੇ ਨੂੰ ਹਰ ਸਹੂਲਤ ਦੇਵਾਂ ਅਤੇ ਉਹ ਪੜ੍ਹ ਕੇ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ ਅਤੇ ਜਿਹੜੀਆਂ ਉਹਦੀਆਂ ਸਾਰੀਆਂ ਸਹੂਲਤਾਂ ਵਾ ਉਹ ਪੂਰੀਆਂ ਹੋ ਸਕਣ ਅਤੇ ਉਹਨੂੰ ਕੋਈ ਵੀ ਕਮੀ ਨਾ ਉਹ ਸਿਰ ਉੱਚਾ ਕਰਕੇ ਜੀਵੇ ਤਾਂ ਕਿ ਉਹ ਸਿਰ ਨੀਵਾਂ ਕਰਕੇ ਨਾ ਜੀਵੇ ਅਤੇ ਬਾਕੀ ਸਾਡੇ ਸਕੂਲ ਦੇ ਬੱਚੇ ਸਰਦੀਆਂ ਦੇ ਵਿੱਚ ਚੱਪਲਾਂ ਦੇ ਨਾਲ ਜੁਰਾਬਾਂ ਪਾ ਕੇ ਆਉਂਦੇ ਆ ਔਰ ਸਵੇਰੇ ਟਿਫਨ ਵੇਖੋ ਟਿਫਨ ਦੇ ਵਿੱਚ ਸੁੱਕੀਆਂ ਰੋਟੀਆਂ ਹੁੰਦੀਆਂ ਅਤੇ ਕਿਸੇ ਬੱਚੇ ਦੇ ਕੋਲ ਜਿਹੜਾ ਉਹ ਬ੍ਰੇਕਫਾਸਟ ਨਹੀਂ ਹੁੰਦਾ ਇਸ ਕਰਕੇ ਉਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਬੱਚੇ ਜਦੋਂ ਖਾਣਾ ਖਾਂਦਾ ਕੋਈ ਦੂਸਰਾ ਬੱਚਾ ਉਹ ਕਹਿੰਦੇ ਅਸੀਂ ਮੈਡਮ ਜੀ ਖਾਣਾ ਲੈ ਆਈਏ ਘਰੋਂ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਪੀਰੀਅਡ ਟੀਚਰ ਲਾ ਰਿਹਾ ਆ ਉਹਦੇ ਨਾਲ ਉਹਦੀ ਜਿਹੜੀ ਸਾਰਾ ਉਹ ਕੰਮ ਅਪਸੈਟ ਹੋ ਜਾਂਦਾ ਕਿਉਂਕਿ ਉਹ ਖਾਣਾ ਦੇਵੇ ਉਹਨੂੰ ਕਿ ਉਹ ਕੰਮ ਕਰਵਾਵੇ ਇਸ ਕਰਕੇ ਬੜੀਆਂ ਹੀ ਪ੍ਰੋਬਲਮਸ ਆ ਪਰ ਮੈਂ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕੋਈ ਵੀ ਦਾਨ ਆ ਅਤੇ ਉਹ ਬੱਚਿਆਂ ਲਈ ਜ਼ਰੂਰ ਹੀ ਕਰਨਾ ਚਾਹੀਦਾ ਹੈ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬੈਕਵਰਡ ਏਰੀਆ ਆ ਕਿਸੇ ਬੱਚੇ ਕੋਲ ਬੈਗ ਨਹੀਂ ਆ ਝੋਲੇ ਆ ਜਿਨ੍ਹਾਂ ਦੇ ਵਿੱਚ ਉਹ ਬੁੱਕਸ ਲੈ ਕੇ ਆਉਂਦੇ ਆ ਕੁਝ ਬੱਚੇ ਇਵੇਂ ਦੇ ਕਿ ਉਹਨਾਂ ਕੋਲ ਕਾਪੀਆਂ ਨਹੀਂ ਲੈਣ ਵਾਲੀ ਹੈਗੀ ਪੈਨਸਲ ਨਹੀਂ ਹੁੰਦੀ ਰੇਜ਼ਰ ਨਹੀਂ ਹੁੰਦਾ ਜਦੋਂ ਪੂਰੀਆਂ ਚੀਜ਼ਾਂ ਨਹੀਂ ਕੋਲ ਹੁੰਦੀਆਂ ਤਾਂ ਬੱਚਾ ਪੜ੍ਹ ਕਿਵੇਂ ਪਾਊਗਾ ਠੀਕ ਹੈ ਇਸ ਕਰਕੇ ਆਪਾਂ ਤਾਂ ਉਹਨਾਂ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦੀਆਂ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰੀਏ ਪਰ ਇੰਨੀ ਕੁ ਪੇ ਦੇ ਵਿੱਚ ਆਪਾਂ ਸਾਰਾ ਕੁਝ ਨਹੀਂ ਪੂਰਾ ਕਰ ਸਕਦੇ ਇਸ ਕਰਕੇ ਜਿੰਨੀ ਕੁ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਓਵਰਆਲ ਜਿੰਨਾ ਵੀ ਕਰਵਾਇਆ ਜਾ ਸਕੇ ਆਪਾਂ ਕਰਵਾਉਂਦੇ ਹਾਂ ਪਰ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਡਮ ਨੇ ਸ਼ੂਜ਼ ਵੀ ਦਿੱਤੇ ਆ ਔਰ ਸ਼ੂਜ਼ ਵੀ ਇੱਕ ਨਾ ਮਰਤਰ ਨਹੀਂ ਆ ਵੀ ਜਿਹੜੇ ਮਾੜੇ ਮੋਟੇ ਜਿਹੇ ਸ਼ੂਜ਼ ਆ ਵੀ ਪਵਾ ਦਿਉ ਬਹੁਤ ਸੋਹਣੇ ਸ਼ੂਜ਼ ਆ ਔਰ ਬੱਚੇ ਵੀ ਬਹੁਤ ਖੁਸ਼ ਆ ਅਸੀਂ ਵੀ ਬਹੁਤ ਖੁਸ਼ ਹਾਂ ਕਿ ਸਾਨੂੰ ਬਹੁਤ ਸੋਹਣੇ ਸਾਡੇ ਬੱਚਿਆਂ ਨੂੰ ਸ਼ੂਜ਼ ਮਿਲੇ ਆ ਕਿਉਂਕਿ ਜਿਹੜਾ ਬੰਦਾ ਪਿਆਸਾ ਹੁੰਦਾ ਆ ਉਹਨੂੰ ਹੀ ਪਤਾ ਹੁੰਦਾ ਕਿ ਪਾਣੀ ਦੀ ਜਿਹੜੀ ਅਹਿਮੀਅਤ ਉਹ ਕੀ ਆ ਇਹਨਾਂ ਬੱਚਿਆਂ ਨੂੰ ਅੱਜ ਬਹੁਤ ਖੁਸ਼ੀ ਆ ਕਿ ਇਹਨਾਂ ਦੇ ਪੈਰ ਹਮੇਸ਼ਾ ਲਈ ਨੰਗੇ ਆ ਜਿਹੜੇ ਸਰਕਾਰ ਪੈਸੇ ਦਿੰਦੀ ਆ ਉਹਨੇ ਕੁ ਪੈਸੇ ਮਿਲਦੇ ਆ ਉਹਦੇ ਵਿੱਚ ਉਹਨਾਂ ਨੂੰ ਸ਼ਰਟ ਵੀ ਚਾਹੀਦੀ ਆ ਸਕਰਟ ਵੀ ਚਾਹੀਦੀ ਆ ਸ਼ੂਜ਼ ਵੀ ਚਾਹੀਦੇ ਆ ਸੌਕਸ ਵੀ ਚਾਹੀਦੀਆਂ ਸਵੈਟਰ ਵੀ ਚਾਹੀਦੀਆਂ ਉਹ ਤਾਂ ਫਿਰ ਉਵੇਂ ਦੀਆਂ ਹੀ ਮਿਲਣਗੀਆਂ ਨਾ ਜਿੰਨੇ ਕੁ ਪੈਸੇ ਆਉਂਦੇ ਆ ਇਸ ਕਰਕੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚਿਆਂ ਨੂੰ ਬਹੁਤ ਸੋਹਣੇ ਸ਼ੂਜ਼ ਮਿਲੇ ਆ ਕਿ ਜਿਹੜਾ ਕੁਛ ਟਾਈਮ ਕੱਢ ਵੀ ਸਕਣਗੇ ਔਰ ਬੱਚੇ ਸੋਹਣੇ ਵੀ ਲੱਗਣਗੇ ਸੋ ਬੜਾ ਮੈਮ ਜਿਹੜੇ ਆ ਦਿਲੋਂ ਜੁੜੇ ਆ ਬੱਚਿਆਂ ਨਾਲ ਅਤੇ ਬੜਾ ਅੱਛਾ ਲੱਗਾ ਮੈਨੂੰ ਇਹਨਾਂ ਨਾਲ ਮਿਲ ਕੇ ਅਤੇ ਮੈਮ ਦੱਸ ਰਹੀ ਸੀ ਕਿ ਰਾਤ ਤੱਕ ਦਾ ਮਤਲਬ ਕਿ ਕਈ ਵਾਰੀ ਬੱਚਿਆਂ ਨੂੰ ਸਾਨੂੰ ਪਤਾ ਹੁੰਦਾ ਕਿ ਇਹਨਾਂ ਕੋਲ ਖਾਣਾ ਨਹੀਂ ਹੋਏਗਾ ਅਤੇ ਉਹਦਾ ਵੀ ਬੰਦੋਬਸਤ ਅਸੀਂ ਜਿਹੜਾ ਕਰਕੇ ਦਿੰਦੇ ਹਾਂ ਸੋ ਵਾਕਈ ਇੱਥੇ ਬੜੇ ਜ਼ਿਆਦਾ ਨੀਡੀ ਸਕੂਲ ਆ ਪਿੰਡ ਉੱਪਲ ਹੈਗਾ ਹੈ ਜ਼ਿਲ੍ਹਾ ਤਰਨ ਤਾਰਨ ਜੇ ਕੋਈ ਵੀ NRI ਜਿਹੜਾ ਪਿੰਡ ਉੱਪਲ ਨੂੰ ਬਿਲੋਂਗ ਕਰਦਾ ਹੈ ਜਾਂ ਤੁਸੀਂ ਜ਼ਿਲ੍ਹਾ ਤਰਨ ਤਾਰਨ ਨੂੰ ਬਿਲੋਂਗ ਕਰਦੇ ਹੋ ਪਲੀਜ਼ ਇਸ ਸਕੂਲ ਦੀ ਜਿਹੜੀ ਆ ਉਹ ਜ਼ਰੂਰ ਹੈਲਪ ਕਰੋ ਇਸ ਸਕੂਲ ਦੇ ਬੱਚਿਆਂ ਦੀਆਂ ਬੜੀਆਂ ਅਲੱਗ ਅਲੱਗ ਸਟੋਰੀਜ਼ ਨੇ ਬਹੁਤ ਜ਼ਿਆਦਾ ਨੀਡੀ ਬੱਚੇ ਨੇ ਇਸ ਸਕੂਲ ਦੇ ਸੋ ਖਾਸ ਕਰਕੇ ਛੋਟੀਆਂ ਛੋਟੀਆਂ ਸਹੂਲਤਾਂ 'ਤੇ ਅਸੀਂ ਕੰਮ ਕਰੀਏ ਅੱਛਾ ਖਾਣਾ ਬੈਗ ਯੂਨੀਫਾਰਮਸ ਗਰਮੀ ਸਰਦੀ ਤੋਂ ਬਚਾ ਬੱਚਿਆਂ ਦਾ ਕਾਪੀਆਂ ਕਿਤਾਬਾਂ ਹੁਣ ਮਿਲਦਾ ਇੰਨਾ ਹੀ ਹੋ ਜਾਵੇ ਅਤੇ ਕਲੀਨ ਵਾਟਰ ਉਹ ਆਪਣਾ ਡਰਿੰਕ ਕਰ ਸਕਣ ਸੋ ਇੰਨਾ ਹੀ ਹੋ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਆ ਸੋ ਬਹੁਤ ਅੱਛਾ ਲੱਗਾ ਮੈਨੂੰ ਪ੍ਰੀਤਮੋਹਨ ਮੈਮ ਨਾਲ ਮਿਲ ਕੇ ਅਤੇ ਬਹੁਤ ਘੱਟ ਸਕੂਲਾਂ ਦੇ ਵਿੱਚ ਇਹੋ ਜਿਹੇ ਟੀਚਰਸ ਨੇ ਅਤੇ ਇਹਨਾਂ ਬੱਚਿਆਂ ਦਾ ਜਿਹੜਾ ਦਰਦ ਸਮਝਦੇ ਨੇ ਅਤੇ ਇਹਨਾਂ ਵਰਗੇ ਟੀਚਰ ਹੀ ਆ ਕਿ ਜਿਹੜੇ ਸਾਨੂੰ ਸਕੂਲਾਂ 'ਚ ਇਹਨੂੰ ਖਿੱਚ ਕੇ ਲੈ ਆਉਂਦੇ ਨੇ ਸਾਨੂੰ ਲੱਗਦਾ ਕਿ ਉੱਥੇ ਲੋੜ ਆ ਸੋ ਇਸ ਸਕੂਲ
ਸਕੂਲ ਦਾ ਜਿਹੜਾ ਕੈਂਪੇਨ ਆ ਉਹ ਕਿਸੇ ਨੇ ਸਪੌਂਸਰ ਕਰਨਾ ਸੀ ਬਟ ਉਹ ਸਪੌਂਸਰ ਨਹੀਂ ਹੋ ਪਾਇਆ ਕਿਸੇ ਕਾਰਨ, ਅਤੇ ਇਸ ਸਕੂਲ ਦਾ ਜਿਹੜਾ ਕੈਂਪੇਨ ਆ ਉਹ ਪਹਿਲਾਂ ਅਸੀਂ ਸਰਵੇ ਕਰ ਚੁੱਕੇ ਸੀ ਪਰ ਮੇਰਾ ਮਨ ਬਾਰ ਬਾਰ ਕਹੀ ਜਾ ਰਿਹਾ ਸੀ ਕਿ ਸਰਵੇ ਹੋ ਗਿਆ ਅਤੇ ਬੜਾ ਜ਼ਰੂਰੀ ਆ ਇੱਥੇ ਕੈਂਪੇਨ ਕਰਨਾ। ਭਾਵੇਂ ਸਾਡੇ ਕੋਲ ਡੋਨਰ ਜਿਹੜਾ ਉਹ ਨਹੀਂ ਅਰੇਂਜ ਸੀ ਪਰ ਫਿਰ ਵੀ ਸਾਨੂੰ ਮਨਿੰਦਰ ਸਿੰਘ ਜੀ ਜੋ ਕਿ ਬਹਿਰੀਨ ਤੋਂ ਨੇ ਸਾਡੇ ਰੈਗੂਲਰ ਡੋਨਰ ਨੇ ਉਹਨਾਂ ਨੇ ਸਰਵੇ ਹੋਣ ਤੋਂ ਬਾਅਦ ਜਦੋਂ ਸਾਡੇ ਕੋਲ ਸਪੌਂਸਰ ਨਹੀਂ ਸੀ ਫਿਰ ਵੀ ਉਹਨਾਂ ਨੇ ਸਾਨੂੰ ਇਹ ਕੈਂਪੇਨ ਜਿਹੜਾ ਉਹ ਸਪੌਂਸਰ ਕੀਤਾ ਹੈ ਅਤੇ ਅਸੀਂ ਇਹ ਸਕੂਲ ਅੱਜ ਕਵਰ ਕਰ ਪਾਏ। ਮੈਨੂੰ ਬੜੀ ਖੁਸ਼ੀ ਆ, ਬੜਾ ਮੇਰੇ ਮਨ ਨੂੰ ਸਕੂਨ ਆ। ਖੁਸ਼ ਮੈਂ ਕੀ ਹੋਣਾ, ਹਾਲਾਤ ਵੇਖ ਕੇ ਮੈਂ ਖੁਸ਼ ਨਹੀਂ ਹੋ ਪਾਉਂਦੀ ਪਰ ਬੜਾ ਮੇਰੇ ਮਨ ਨੂੰ ਸਕੂਨ ਆ ਕਿ ਇੱਕ ਸਹੀ ਜਗ੍ਹਾ 'ਤੇ ਅਸੀਂ ਜਿਹੜੇ ਆ ਅੱਜ ਸ਼ੂਜ਼ ਦੇ ਪਾ ਰਹੇ ਹਾਂ। ਵਾਕਈ ਬਹੁਤ ਜ਼ਿਆਦਾ ਜਿਹੜੇ ਆ ਉਹ ਨੀਡੀ ਸਕੂਲ ਦੇ ਵਿੱਚ ਅਸੀਂ ਸ਼ੂਜ਼ ਦੇ ਪਾ ਰਹੇ ਹਾਂ। ਮੈਂ ਹੁਣ ਬੱਚਿਆਂ ਨੂੰ ਕਵਰ ਕਰਾਂਗੀ ਇੱਥੇ ਕਿ ਜਿਹੜੇ ਕਿ ਸਾਰੇ ਆਲਮੋਸਟ ਲਾ ਲਓ ਕਿ 60% ਬੱਚੇ ਜਿਹੜੇ ਆ ਸਕੂਲ ਦੇ ਅੱਜ ਚੱਪਲਾਂ ਦੇ ਵਿੱਚ ਆ ਅਤੇ ਜਿਨ੍ਹਾਂ ਨੇ ਸਾਰੀਆਂ ਸਰਦੀਆਂ ਜਿਹੜੀਆਂ ਉਹ ਚੱਪਲਾਂ ਦੇ ਵਿੱਚ ਕੱਟੀਆਂ। ਅਤੇ ਹਮੇਸ਼ਾ ਹਰ ਲਾਈਵ ਵੀਡੀਓ 'ਚ ਮੈਂ ਬੋਲਦੀ, ਹਰ ਵਾਰ ਮੈਂ ਦੱਸਦੀ ਹਾਂ ਕਿ ਸਾਡਾ ਜ਼ੋਰ ਜਿਹੜਾ ਵਾ ਉਹ ਸਵੈਟਰ ਕੋਟੀਆਂ ਬੂਟ ਦੇਣ ਦਾ ਜ਼ੋਰ ਜਿਹੜਾ ਉਹ ਗਰਮੀਆਂ 'ਚ ਹੋਣਾ ਚਾਹੀਦਾ ਤਾਂ ਕਿ ਸਰਦੀਆਂ 'ਚ ਬੱਚਿਆਂ ਕੋਲ ਸਵੈਟਰ ਹੋਣ, ਸਰਦੀਆਂ 'ਚ ਬੱਚਿਆਂ ਕੋਲ ਸ਼ੂਜ਼ ਹੋਣ। ਸਾਡਾ ਜਿਹੜਾ ਜ਼ੋਰ ਆ ਜਦੋਂ ਸਰਦੀ ਆ ਜਾਂਦੀ ਉਦੋਂ ਸਾਡਾ ਜ਼ੋਰ ਨਹੀਂ ਹੋਣਾ ਚਾਹੀਦਾ, ਸਾਡਾ ਜ਼ੋਰ ਜਦੋਂ ਪੂਰੀ ਗਰਮੀ ਆ ਜਦੋਂ ਸਾਡੇ ਕੋਲ ਵਕਤ ਆ ਉਦੋਂ ਸਾਡਾ ਜ਼ੋਰ ਹੋਣਾ ਚਾਹੀਦਾ ਕਿ ਜਦੋਂ ਬੱਚਿਆਂ ਨੂੰ ਜਦੋਂ ਸਰਦੀ ਆ ਜਾਵੇ ਅਤੇ ਉਦੋਂ ਬੱਚਿਆਂ ਕੋਲ ਚੀਜ਼ਾਂ ਜਿਹੜੀਆਂ ਅਵੇਲੇਬਲ ਹੋਣ। ਸੋ ਇਹੀ ਮੇਰਾ ਮਕਸਦ ਆ ਕਿ ਗਰਮੀਆਂ ਦੇ ਵਿੱਚ ਵੀ ਅਸੀਂ ਲਗਾਤਾਰ ਆਪਣੇ ਕੈਂਪੇਨਸ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਕੋਲ ਸਰਦੀਆਂ ਵੇਲੇ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਮੌਸਮ ਅਨੁਸਾਰ ਉਹ ਉਹਨਾਂ ਕੋਲ ਅਵੇਲੇਬਲ ਹੋਣ। ਸੋ ਮੇਰੇ ਕੋਲ ਇੱਥੇ ਆਲਮੋਸਟ 60 ਬੱਚੇ ਮੈਂ ਵੱਖਰੇ ਕੀਤੇ ਆ ਸਕੂਲ ਦੇ ਵਿੱਚ ਜਿਹੜੇ ਕਿ ਅੱਜ ਚੱਪਲਾਂ ਦੇ ਵਿੱਚ ਸਕੂਲ ਨੇ। ਸੋ ਆਲਮੋਸਟ ਇਹ ਉਹ ਬੱਚੇ ਨੇ ਜਿਨ੍ਹਾਂ ਕੋਲ ਇੱਕ ਵੀ ਪੇਅਰ ਜਿਹੜਾ ਉਹ ਸ਼ੂਜ਼ ਦਾ ਨਹੀਂ ਹੈਗਾ ਅਤੇ ਜਿਨ੍ਹਾਂ ਨੇ ਸ਼ਾਇਦ ਸਾਰੀਆਂ ਸਰਦੀਆਂ ਹੀ ਕਿ ਸਾਨੂੰ ਯੂਨੀਫਾਰਮ ਆ ਜਾਵੇ, ਸਾਨੂੰ ਸ਼ੂਜ਼ ਆ ਜਾਣ, ਜਿਨ੍ਹਾਂ ਨੇ ਸ਼ਾਇਦ ਸਾਰੀਆਂ ਸਰਦੀਆਂ ਹੀ ਆਪਣੇ ਸਕੂਲ ਦੇ ਬੂਹੇ ਵੱਲ ਵੇਖਿਆ ਹੋਣਾ ਹੈ ਕਿ ਸ਼ਾਇਦ ਅੱਜ ਸਾਨੂੰ ਬੂਟ ਮਿਲ ਜਾਣ, ਅੱਜ ਅਸੀਂ ਠੰਡ ਤੋਂ ਬਚ ਜਾਈਏ, ਪਰ ਉਹਨਾਂ ਨੂੰ ਜਿਹੜੇ ਬੂਟ ਆ ਉਹ ਨਹੀਂ ਮਿਲ ਸਕੇ, ਉਹਨਾਂ ਨੂੰ ਜਿਹੜੀ ਯੂਨੀਫਾਰਮ ਆ ਉਹ ਨਹੀਂ ਮਿਲ ਸਕੀ। ਆਮ ਹੀ ਉਸ ਤੁਸੀਂ ਇਸ ਸਕੂਲ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ ਅਤੇ ਮੈਨੂੰ ਲੱਗਦਾ ਕਿ ਵੀਡੀਓ ਬੜੀ ਲੰਬੀ ਹੋ ਜਾਣੀ, ਮੈਂ ਇੰਨੀ ਲੰਬੀ ਵੀਡੀਓ ਨਹੀਂ ਕਰਨੀ ਅੱਜ, ਕਿ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹਦੇ ਵਿੱਚ ਬੱਚੇ ਜਿਹੜੇ ਆ ਆਪਣੀ ਬਹੁਤ ਪੁਰਾਣੀ ਯੂਨੀਫਾਰਮ ਪਾ ਕੇ ਆਏ ਹੋਏ ਨੇ, ਆਪਣੇ ਜਿਹੜੇ ਫਟੇ ਕੱਪੜੇ ਪਾ ਕੇ ਆਏ ਹੋਏ ਨੇ, ਆਪਣੀ ਉਮਰ ਤੋਂ ਵੱਡੇ ਜਿਹੜੇ ਆ ਉਹ ਕੱਪੜੇ ਪਾ ਕੇ ਆਏ ਹੋਏ ਨੇ, ਅਤੇ ਬਹੁਤ ਜਿਹੜਾ ਨੀਡੀ ਇਹ ਸਕੂਲ ਆ। ਸੋ ਅਸੀਂ ਹੁਣ ਬੱਚਿਆਂ ਨੂੰ ਬੈਗ ਦੇਵਾਂਗੇ ਜਿਨ੍ਹਾਂ ਨੂੰ ਅਸੀਂ ਜਿਹੜੇ ਬੱਚੇ ਅਸੀਂ ਵੱਖਰੇ ਕੀਤੇ ਨੇ।
ਬਸ ਇਹਨੂੰ ਵੀ ਪਾ ਲਓ ਵਿੱਚ ਗੋਲ ਕਰਕੇ, ਇਹਨੂੰ ਵੀ ਵਿੱਚ ਪਾ ਲਓ ਝੋਲੇ ਨੂੰ ਪਾ ਦਾਂ ਵਿੱਚ। ਚਲ ਪਾ ਕੇ ਦਿਖਾ ਦਿਓ ਬੈਗ। ਪਾ ਕੇ ਦਿਖਾ ਦਿਓ, ਉੱਠ ਕੇ ਉੱਠੋ 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 ਪਾਓ। ਵਾਹ ਵਾਹ, ਹੱਸ ਕੇ ਦਿਖਾ ਦਿਓ। ਚਲੋ ਓਕੇ, ਚਲੋ ਬੈਠ ਲਿਆਓ ਆਪਣੀ ਕਿਤਾਬਾਂ। ਬਸ ਇੱਕ ਹੀ ਕਾਪੀ ਆ, ਇਹਨੂੰ ਇਹ 'ਚ ਪਾ ਲਓ ਝੋਲੇ। ਇੱਥੇ ਆ ਜਾਓ ਤੁਸੀਂ ਬੈਗ, ਚਲੋ ਆ ਵੀ ਵਿੱਚ ਪਾ ਲਾ। ਇੱਧਰ ਇੱਧਰ ਆ ਜਾਓ, ਇੱਧਰ ਇੱਧਰ ਮੈਂ ਫੜਾ ਦਿੰਦੀ ਹਾਂ। ਆ ਵਿੱਚ ਪਾ ਲਓ, ਠੀਕ ਆ। ਧੰਨਵਾਦ ਉੱਪਰ ਕਰਨਾ ਪਾਓ। ਆਪ ਹੀ ਦਿਲਵਾ ਦੋ ਨੇ ਦੱਸੋ।
Thank you.
ਵਾਰੀ ਵਾਰੀ ਸਾਰੇ ਬੈਠੇ ਆ ਸਕਦੇ ਸੀ ਇੱਕ ਇੱਕ ਬੱਚਾ ਸਾਰੇ आप देखो बेटा ये चलो क्या हो कॉलेज अरे वो सेवक अच्छा
ਕਹਿੰਦੇ ਸਾਨੂੰ ਬਲਾਕ ਲੈ ਆ ਕੇ ਸਰ ਉੱਪਰ ਕਰਕੇ ਦਿਲਵਾਣਾ ਥੋੜਾ ਸਭ ਤੋਂ ਕਰ ਥੋੜਾ ਉੱਪਰ ਕਰਕੇ Thank you.
ਬੱਚਾ ਅੱਜ ਪਹਿਲੀ ਵਾਰ ਆਇਆ ਸਕੂਲ, ਨਹੀਂ ਬੈਠਾ ਜਾ ਰਿਹਾ, ਆਜੋ ਆਜੋ ਅੱਗੇ ਨੀਚੇ ਬੈਠ ਜਾ।
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ ਅਤੇ ਅੱਜ ਅਸੀਂ ਪਿੰਡ ਉੱਪਲ ਦੇ ਵਿੱਚ ਹਾਂ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਅਤੇ ਬਹੁਤ ਹੀ ਮੈਨੂੰ ਆਨੰਦ ਆਇਆ ਇੱਥੇ ਅੱਜ ਸ਼ੂਜ਼ ਪਵਾ ਕੇ, ਅਤੇ ਸਟਾਫ ਨੇ ਵੀ ਬਹੁਤ ਹੀ ਅੱਛਾ ਅੱਜ ਕੋਆਰਡੀਨੇਟ ਕੀਤਾ। ਅਤੇ ਅੱਜ ਸਾਡਾ 279th ਸ਼ੂ ਗਿਵਿੰਗ ਕੈਂਪੇਨ ਸੀ ਇੱਥੇ ਪਿੰਡ ਉੱਪਲ ਦੇ ਵਿੱਚ, ਅਤੇ ਆਲਮੋਸਟ 100 ਸ਼ੂਜ਼ ਜਿਹੜੇ ਆ ਉਹ ਇਸ ਸਕੂਲ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਗਏ ਨੇ ਅੱਜ। ਅਤੇ ਮੈਂ ਬਹੁਤ ਧੰਨਵਾਦੀ ਹਾਂ ਮਨਿੰਦਰ ਸਿੰਘ, ਜੋ ਕਿ ਬਹਿਰੀਨ ਤੋਂ ਨੇ, ਸਾਡੇ ਰੈਗੂਲਰ ਡੋਨਰ ਨੇ, ਜਿਨ੍ਹਾਂ ਨੇ ਸਾਡਾ ਅੱਜ ਦਾ ਇਹ ਕੈਂਪੇਨ ਜਿਹੜਾ ਉਹ ਸਪੋਂਸਰ ਕੀਤਾ। ਅਤੇ ਇਸ ਸਕੂਲ ਦੇ ਵਿੱਚ ਅੱਜ 3 ਬੱਚੇ ਸੀ ਜਿਹੜੇ ਕਿ ਨੰਗੇ ਪੈਰੀ ਸਕੂਲ ਆਏ ਸੀ, ਅਤੇ ਵੀਡੀਓ ਦੀ ਸਟਾਰਟਿੰਗ 'ਚ ਮੈਂ ਦਿਖਾਏ ਆ ਬੱਚੇ ਕਿ ਜਿਹੜੇ ਅੱਜ ਬਿਨਾਂ ਚੱਪਲ ਤੋਂ ਬੱਚੇ ਜਿਹੜੇ ਉਹ ਸਕੂਲ ਆਏ ਸੀ। ਅਤੇ ਆਲਮੋਸਟ 60 ਬੱਚੇ ਸੀ ਇਸ ਸਕੂਲ ਦੇ ਜਿਹੜੇ ਕਿ ਚੱਪਲਾਂ ਦੇ ਵਿੱਚ ਸਕੂਲ ਆ ਰਹੇ ਸੀ। ਅਤੇ ਮੈਮ ਨੇ ਬਹੁਤ ਅੱਛਾ ਬੋਲਿਆ, ਪ੍ਰੀਤ ਮੋਹਨ ਕੌਰ ਜੀ ਜੋ ਕਿ ਇਸ ਸਕੂਲ ਦੇ ਅਧਿਆਪਕ ਨੇ, ਉਹਨਾਂ ਨੇ ਬਹੁਤ ਹੀ ਅੱਛਾ ਇਸ ਅੱਜ ਦੀ ਵੀਡੀਓ ਵਿੱਚ ਬੋਲਿਆ ਕਿ ਕਿੰਨਾ ਜ਼ਿਆਦਾ ਇਹ ਨੀਡੀ ਬੱਚੇ ਨੇ, ਕਿ ਮੈਮ ਬਿਲਕੁਲ ਭਾਵੁਕ ਹੋ ਗਏ। ਬਿਲਕੁਲ ਉਹਨਾਂ ਦਾ ਮਨ ਪਹਿਲਾਂ ਹੀ ਮੈਨੂੰ ਲੱਗ ਰਿਹਾ ਸੀ ਬੜਾ ਥੋੜ੍ਹਾ ਹੈ, ਬਟ ਬਹੁਤ ਔਖਾ ਹੈ ਜਿਨ੍ਹਾਂ ਦਾ ਦਿਲ ਛੋਟਾ ਹੈ ਉਹਨਾਂ ਦਾ। ਇਸ ਤਰ੍ਹਾਂ ਦੀਆਂ ਹਾਲਾਤਾਂ 'ਚ ਜਿਹੜੇ ਬੱਚੇ, ਹਰ ਬੱਚੇ ਦੀ ਇੱਕ ਨਵੀਂ ਸਟੋਰੀ ਆ, ਬੜਾ ਟਫ ਆ ਇਹ ਚੀਜ਼ਾਂ ਨੂੰ ਮੈਨੇਜ ਕਰਨਾ। ਅਤੇ ਆਲਮੋਸਟ 5-6 ਬੱਚੇ ਸੀ ਇਸ ਸਕੂਲ ਦੇ ਜਿਨ੍ਹਾਂ ਕੋਲ ਬੈਗ ਨਹੀਂ ਸੀ, ਸੋ ਅਸੀਂ ਅੱਜ ਨਾਲ ਹੀ 5 ਬੈਗ ਲੈ ਕੇ ਆਏ ਸੀ। ਸੋ 6 ਬੱਚੇ ਸੀ ਇਸ ਸਕੂਲ ਦੇ ਜਿਨ੍ਹਾਂ ਕੋਲ ਬੈਗ ਨਹੀਂ ਸੀ ਅੱਜ, ਜਿਨ੍ਹਾਂ ਤੋਂ 5 ਬੱਚਿਆਂ ਨੂੰ ਅਸੀਂ ਅੱਜ ਬੈਗ ਵੀ ਜਿਹੜਾ ਉਹ ਪ੍ਰੋਵਾਈਡ ਕੀਤਾ। ਸੋ ਤੁਹਾਡੇ ਸਾਰਿਆਂ ਦੀ ਮੈਂ ਬੜੀ ਧੰਨਵਾਦੀ ਹਾਂ ਕਿ ਤੁਸੀਂ ਇਸ ਮੁਹਿੰਮ ਨੂੰ ਇੰਨਾ ਪਿਆਰ ਦੇ ਰਹੇ ਹੋ, ਸਾਨੂੰ ਸਾਡਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕਿਸੇ ਤਰ੍ਹਾਂ ਵੀ ਸਾਡਾ ਸਾਥ ਦੇ ਰਹੇ ਹੋ, ਅਤੇ ਸਾਨੂੰ ਬਹੁਤ ਜ਼ਿਆਦਾ ਸਾਥ ਦੀ ਜਿਹੜੀ ਆ ਲੋੜ ਵੀ ਆ। ਸੋ ਜਿਹੜੇ ਵੀ ਅਸੀਂ ਫੰਡ ਰੇਜ਼ਿੰਗ ਈਵੈਂਟ ਕਰਦੇ ਹਾਂ, ਤੁਸੀਂ ਜ਼ਰੂਰ ਉਹਦੇ ਵਿੱਚ ਪਾਰਟੀਸਪੇਟ ਕਰੋ। ਫੰਡ ਰੇਜ਼ਿੰਗ ਈਵੈਂਟ ਇਸੇ ਕਰਕੇ ਕੀਤੇ ਜਾ ਰਹੇ ਨੇ ਕਿਉਂਕਿ ਬਹੁਤ ਸਾਰਾ ਕੰਮ ਕਰਨ ਵਾਲਾ ਹੈ, ਅਤੇ ਬਹੁਤ ਸਾਰੀ ਜਿਹੜੀ ਮਿਹਨਤ ਦੀ ਲੋੜ ਆ, ਅਤੇ ਬਹੁਤ ਜ਼ਿਆਦਾ ਹੈਲਪ ਦੀ ਜਿਹੜੀ ਆ ਉਹ ਜ਼ਰੂਰਤ ਆ। ਤੁਸੀਂ ਲਾਈਵ ਵੀਡੀਓ 'ਚ ਹੀ ਦੇਖ ਸਕਦੇ ਹੋ ਕਿ ਕਿੱਦਾਂ ਅਸੀਂ
ਤਿੰਨ ਚਾਰ ਮੈਂਬਰਸ ਦੇ ਨਾਲ ਹੀ ਅਸੀਂ ਸਾਰਾ ਈਵੈਂਟ ਜਿਹੜਾ ਕੋਆਰਡੀਨੇਟ ਕਰਦੇ ਹਾਂ। ਸਾਨੂੰ ਵਲੰਟੀਅਰਸ ਦੀ ਬੜੀ ਲੋੜ ਆ। ਹਮੇਸ਼ਾ ਮੈਨੂੰ ਉਡੀਕ ਹੁੰਦੀ ਆ ਕਿ ਸਾਡੇ ਕੈਂਪੇਨਸ ਜਿਹੜੇ ਆ ਉਹ ਵਲੰਟੀਅਰ ਜ਼ਰੂਰ ਪਹੁੰਚਣ, ਸਾਨੂੰ ਔਨ ਦਾ ਗਰਾਊਂਡ ਜਿਹੜੀ ਆ ਉਹ ਹੈਲਪ ਕਰਨ। ਸਿਰਫ ਸਾਡੇ ਕੋਲ ਟੋਟਲ ਲਾਈਏ ਤਾਂ ਚਾਰ ਬੰਦੇ ਅਸੀਂ ਹੁੰਦੇ ਹਾਂ ਕਿ ਸਾਡੇ ਲਈ ਮੈਨੇਜ ਕਰਨਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ ਹੈ। ਵੱਡਾ ਸਕੂਲ ਹੁੰਦਾ ਹੈ ਅਤੇ ਉਹਨੂੰ ਕਵਰ ਵੀ ਕਰਨਾ, ਈਵੈਂਟ ਨੂੰ ਡਿਸਿਪਲਿਨ ਵਿੱਚ ਲੈ ਕੇ ਆਉਣਾ, ਬੱਚਿਆਂ ਨੂੰ ਪੂਰਾ ਕੋਆਰਡੀਨੇਸ਼ਨ ਕਰਨਾ। ਸੋ ਬਹੁਤ ਸਾਰੇ ਕੰਮ ਨੇ। ਸੋ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਪਲੀਜ਼ ਔਨ ਦਾ ਗਰਾਊਂਡ ਵੀ ਸਾਨੂੰ ਜ਼ਰੂਰ ਮਦਦ ਕਰੋ, ਸਾਡੇ ਨਾਲ ਸਕੂਲਾਂ ਦੇ ਵਿੱਚ ਨਾਲ ਸਾਡੇ ਚੱਲੋ, ਬੱਚਿਆਂ ਨੂੰ ਸ਼ੂਜ਼ ਪਵਾਉਣ 'ਚ ਸਾਡੀ ਹੈਲਪ ਕਰੋ, ਡਿਸਿਪਲਿਨ ਨਾਲ ਸਾਰਾ ਕੈਂਪੇਨ ਹੋਵੇ ਇਹਦੇ ਵਿੱਚ ਤੁਸੀਂ ਸਾਡੀ ਮਦਦ ਕਰੋ। ਸੋ ਬਹੁਤ ਹੀ ਜ਼ਿਆਦਾ ਜਿਹੜਾ ਵਾ ਔਨ ਦਾ ਗਰਾਊਂਡ ਜਿਹੜੀ ਆ ਉਹ ਸਪੋਰਟ ਦੀ ਜਿਹੜੀ ਆ ਜ਼ਰੂਰਤ ਆ, ਅਤੇ ਸਾਡੇ ਨਾਲ ਡੋਨਰਸ ਵੋਲੰਟੀਅਰਸ ਸਾਰੇ ਹੀ ਜਿਹੜੇ ਜੁੜਨ, ਸਾਡੀ ਮਦਦ ਕਰਨ ਕਿ ਅਸੀਂ ਆਪਣਾ 50,000 ਦਾ ਟਾਰਗੇਟ ਜਿਹੜਾ ਉਹ ਕੰਪਲੀਟ ਕਰ ਪਾਈਏ। ਅਤੇ ਆਪਣੇ ਨੇੜਲੇ ਸਕੂਲਾਂ 'ਚ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਇਹ ਜ਼ਰੂਰ ਦੇਖੋ ਕਿ ਬੱਚਾ ਬਿਲਕੁਲ ਫਟੀ ਯੂਨੀਫਾਰਮ 'ਚ ਵਿੱਚ ਤਾਂ ਨਹੀਂ ਆ ਰਿਹਾ, ਅਤੇ ਜਾਂ ਬੱਚਾ ਨੰਗੇ ਪੈਰੀ ਤਾਂ ਨਹੀਂ ਸਕੂਲ ਆ ਰਿਹਾ। ਸੋ ਇੱਥੋਂ ਤੱਕ ਤਾਂ ਸਾਡੀ ਮਦਦ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਕਿਸੇ ਬੱਚੇ ਦੇ ਸੱਟ 'ਤੇ ਨਹੀਂ ਲੱਗੀ। ਸੋ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਅਸੀਂ ਪਹਿਲਾਂ ਧਿਆਨ ਦੇ ਦਈਏ। ਸੋ ਅਸੀਂ ਸਕੂਲ ਦੀਆਂ ਬਿਲਡਿੰਗ ਬਾਅਦ 'ਚੋਂ ਬਣ ਜਾਏਗੀ, ਸੱਜ ਬਾਅਦ 'ਚੋਂ ਜਾਏਗੀ, ਸਮਾਰਟ ਸਕੂਲ ਬਾਅਦ 'ਚੋਂ ਬਣ ਜਾਣਗੇ, ਪਰ ਅਸੀਂ ਬੇਸਿਕ ਨੈਸੈਸਿਟੀਜ਼ ਆ ਜਿਹੜੀਆਂ ਬੱਚਿਆਂ ਦੀ ਉਹਨਾਂ ਨੂੰ ਪੂਰੇ ਕਰਨ ਦੀ ਅਸੀਂ ਕੋਸ਼ਿਸ਼ ਕਰੀਏ। ਅਤੇ ਬਹੁਤ ਹੀ ਸਾਰਿਆਂ ਦੀ ਮੈਂ ਸ਼ੁਕਰਗੁਜ਼ਾਰ ਹਾਂ, ਅਤੇ ਮਨਿੰਦਰ ਸਿੰਘ ਜੋ ਕਿ ਬਹਿਰੀਨ ਤੋਂ ਨੇ ਉਹਨਾਂ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਦਾ ਇਹ ਕੈਂਪੇਨ ਜਿਹੜਾ ਸਪੋਂਸਰ ਕੀਤਾ। ਰੋਜ਼ ਸ਼ਾਮ ਨੂੰ ਅਸੀਂ ਜਿਹੜੇ ਸਕੂਲਾਂ ਦੇ ਸਰਵੇ ਕੀਤੇ ਹੁੰਦੇ ਨੇ ਉਹ ਸਕੂਲ ਅਸੀਂ ਆਪਣੇ ਪੇਜ 'ਤੇ ਪਾਉਂਦੇ ਹਾਂ, ਅਤੇ ਇਸ ਉਮੀਦ ਵਿੱਚ ਰਹਿੰਦੇ ਹਾਂ ਕਿ ਸਾਨੂੰ ਜਿਹੜੇ ਆ ਸਾਡੇ ਕੈਂਪੇਨ ਜਿਹੜੇ ਆ ਸਪੋਂਸਰ ਹੋ ਜਾਣਗੇ। ਬਾਕੀ ਤੁਸੀਂ ਡਾਇਰੈਕਟਲੀ ਵੀ ਸਾਨੂੰ ਸੌਕਸ ਭੇਜ ਸਕਦੇ ਹੋ, ਸਾਨੂੰ ਸ਼ੂਜ਼ ਭੇਜ ਸਕਦੇ ਹੋ, ਅਤੇ ਸਾਨੂੰ ਜਿਹੜਾ ਸਲੰਮ ਏਰੀਆ ਦੇ ਕੈਂਪੇਨ ਜਿਹੜੇ ਆ ਤੁਸੀਂ ਸਪੋਂਸਰ ਕਰ ਸਕਦੇ ਹੋ। ਸੋ ਸਲੰਮ ਏਰੀਆ 'ਚ ਕਿਸੇ ਵੀ ਤਰ੍ਹਾਂ ਦੇ ਸ਼ੂਜ਼ ਜਾਂ ਸਲਿੱਪਰਸ ਚੱਲ ਜਾਂਦੇ ਨੇ, ਸੋ ਉਹਦੇ ਵਿੱਚ ਸਾਨੂੰ ਸਕੂਲ ਸ਼ੂਜ਼ ਵੀ ਭੇਜਣ ਦੀ ਜ਼ਰੂਰਤ ਨਹੀਂ। ਤੁਸੀਂ ਕੁਛ ਵੀ ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰ੍ਹਾਂ ਦਾ ਹੀ ਫੁੱਟਵੇਅਰ ਸਾਨੂੰ ਭੇਜ ਦਿਓ, ਅਸੀਂ ਉਹ ਸਲੰਮ ਏਰੀਆ ਵਿੱਚ ਜਿਹੜੇ ਉਹ ਅਸੀਂ ਕਵਰ ਕਰ ਲਾਂਗੇ। ਸੋ ਮੇਰੀ ਇਹ ਕੋਸ਼ਿਸ਼ ਹੈ ਕਿ ਇਸ ਸਾਲ ਤੋਂ ਮੈਂ ਸਲੰਮ ਏਰੀਆ 'ਚ ਵੀ ਵੱਧ ਤੋਂ ਵੱਧ ਕੰਮ ਕਰਾਂ, ਕਿਉਂਕਿ ਉਹ ਵੀ ਬਹੁਤ ਨੀਡੀ ਏਰੀਆਜ਼ ਨੇ, ਝੁੱਗੀਆਂ ਝੌਂਪੜੀਆਂ 'ਚ ਜਿਹੜੇ ਲੋਕ ਰਹਿੰਦੇ ਨੇ, ਰੇਲਵੇ ਸਟੇਸ਼ਨ ਦੀਆਂ ਲਾਈਨਾਂ 'ਤੇ ਜਿਹੜੇ ਲੋਕ ਰਹਿੰਦੇ ਨੇ, ਸੋ ਉਹਨਾਂ ਨੂੰ ਵੀ ਜਿਹੜੀ ਅਸੀਂ ਮਦਦ ਕਰੀਏ, ਉਹਨਾਂ ਤੱਕ ਵੀ ਅਸੀਂ ਪਹੁੰਚੀਏ। ਸੋ ਇਸ ਸਾਲ ਮੇਰਾ ਇਹੀ ਟੀਚਾ ਹੈ ਕਿ ਮੈਂ ਘੱਟੋ ਘੱਟ 50% ਜਿਹੜਾ ਵਾ ਉਹ ਸਲੰਮ ਏਰੀਆ ਅਤੇ ਨਾਲ ਨਾਲ ਜਿਹੜੇ ਗਵਰਨਮੈਂਟ ਐਲੀਮੈਂਟਰੀ ਸਕੂਲ ਆ ਉਹਨਾਂ ਨੂੰ ਵੀ ਕਵਰ ਕਰਾਂ। ਸੋ ਸਲੰਮ ਏਰੀਆ ਵਾਸਤੇ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਸ਼ੂਜ਼ ਜਿਹੜਾ ਉਹ ਭੇਜ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਚੱਪਲ ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਸਾਨੂੰ ਭੇਜ ਸਕਦੇ ਹੋ, ਜੋ ਕਿ ਅਸੀਂ ਮਦਦ ਕਰ ਸਕੀਏ ਦੂਸਰੇ ਬੰਦੇ ਦੀ, ਅਸੀਂ ਜਿਹੜੀ ਆ ਉਹ ਹੈਲਪ ਕਰ ਸਕੀਏ। ਸੋ ਸਾਰਿਆਂ ਦੇ ਯੋਗਦਾਨ ਲਈ ਮੈਂ ਬਹੁਤ ਧੰਨਵਾਦੀ ਹਾਂ। ਸੋ ਅੱਜ ਪਿੰਡ ਉੱਪਲ ਤੋਂ ਮਨਦੀਪ ਕੌਰ ਸਿੱਧੂ।